ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਲੱਕੜਹਾਰਾ ਰਿਹਾ ਕਰਦਾ ਸੀ ਨਗਰ ਦੇ ਨਾਲ ਇੱਕ ਬੜਾ ਸੰਘਣਾ ਜੰਗਲ ਸੀ ਉੱਥੋਂ ਲੱਕੜਾਂ ਵੱਢ ਕੇ ਲੈ ਕੇ ਆਇਆ ਕਰਦਾ ਕੁਝ ਨਗਰ ਵਿੱਚ ਤੇ ਕੁਝ ਬਾਜ਼ਾਰ 'ਚ ਜਾ ਕੇ ਵੇਚ ਆਇਆ ਕਰਦਾ ਸਾਰੀ ਉਮਰ ਉਹਨੇ ਆਪਣੀ ਲੱਕੜਾਂ ਵੱਢਣ 'ਚ ਲਗਾ ਦਿੱਤੀ ਸੀ ਕਿੰਦੇ ਹੌਲੀ-ਹੌਲੀ ਉਹਨੇ ਉਸੇ ਜੰਗਲ ਦੇ ਨਾਲ ਹੀ ਇੱਕ ਛੋਟਾ ਜਿਹਾ ਘਰ ਬਣਾ ਲਿਆ ਉਹਦੀ ਪਤਨੀ ਤੇ ਇੱਕ ਪੁੱਤਰ ਸੀ ਕਿੰਦੇ ਪਤਨੀ ਸਾਰਾ ਦਿਨ ਘਰ ਦਾ ਕੰਮ ਕਰਿਆ ਕਰਦੀ ਸੀ ਕਹਿੰਦੇ ਜਿਹੜਾ ਪੁੱਤਰ ਸੀ ਉਹ ਨੌਜਵਾਨ ਸੀ ਪਰ ਕੋਈ ਕੰਮ ਤੰਦਾ ਨਹੀਂ ਸੀ ਕਰਿਆ ਕਰਦਾ ਘਰ ਦੇ ਛੋਟੇ-ਮੋਟੇ ਕੰਮਾਂ ਦੇ ਵਿੱਚ ਮਦਦ ਕਰਿਆ ਕਰਦਾ ਸੀ ਕਹਿੰਦੇ ਉਹ ਲੱਕੜਹਾਰੇ ਨੇ ساری ਉਮਰ ਲੱਕੜਾਂ ਵੱਢਣ 'ਚ ਹੀ ਗੁਜ਼ਾਰੀ ਸੀ ਕਹਿੰਦੇ ਹੁਣ ਬਜ਼ੁਰਗ ਹੋ ਗਿਆ ਸੀ ਕਹਿੰਦੇ ਪਰ ਫਿਰ ਵੀ ਉਹ ਐਸੇ ਕਰਕੇ ਵੀ ਮੈਂ ਇਹ ਬਜ਼ੁਰਗਾ ਪਰ ਕੰਮ ਜ਼ਰੂਰ ਕਰਾਂਗਾ ਉਹਦੇ ਮਨ 'ਚ ਹਮੇਸ਼ਾ ਇਹ ਹੀ ਜੱਜ ਬਰਹਿੰਦਾ ਸੀ ਕਹਿੰਦੇ ਇੱਕ ਦਿਨ ਕੀ ਹੋਇਆ ਵੀ ਮੰਝੇ ਤੇ ਪਿਆ ਤੇ ਉਸ ਤੋਂ ਉਠਿਆ ਹੀ ਨਾ ਗਿਆ ਕਹਿੰਦੇ ਹੁਣ ਉਹ ਹਰ ਵੇਲੇ ਜਦੋਂ ਸੂਰਜ ਚੜ੍ਹਦਾ ਉਸ ਤੋਂ ਪਹਿਲਾਂ ਹੀ ਜੰਗਲ 'ਚ ਜਾ ਕੇ ਤੇ ਲੱਕੜਾਂ ਵੱਢ ਲਿਆ ਕਰਦਾ ਸੀ ਉਦੋਂ ਹੀ ਕੰਮ ਸ਼ੁਰੂ ਕਰ ਦਿਆ ਕਰਦਾ ਸੀ ਕਹਿੰਦੇ ਅੱਜ ਜਦੋਂ ਸੂਰਜ ਚੜ੍ਹ ਚੁੱਕਿਆ ਸੀ ਪਰ ਕਹਿੰਦੇ ਉਹ ਕੰਮ ਤੇ ਨਹੀਂ ਗਿਆ ਕਹਿੰਦੇ ਪੁੱਤ ਦੇ ਜਿਹੜੇ ਮਨ 'ਚ ਕਈ ਤਰ੍ਹਾਂ ਦੇ ਸਵਾਲ ਸਨ ਵੀ ਪਹਿਲਾਂ ਤੇ ਮੇਰਾ ਪਿਤਾ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਘਰੋਂ ਕਵਾੜਾ ਲੈ ਕੇ ਤੇ ਤੁਰ ਪੈਂਦਾ ਪਰ ਅੱਜ ਨਹੀਂ ਗਿਆ ਕਹਿੰਦੇ ਉਹ ਲੱਕੜਹਾਰੇ ਨੇ ਪੁੱਤਰ ਨੂੰ ਕੋਲ ਬੁਲਾਇਆ ਤਿਉਸ ਨੂੰ ਕਿਆ ਕਿ ਆ ਪੁੱਤਰ ਹੁਣ ਤੂੰ ਨੌਜਵਾਨ ਹੋ ਚੁੱਕਿਆ ਤੂੰ ਘਰ ਦਾ ਬੋਝ ਹੁਣ ਚੁੱਕ ਸਕਦਾ ਮੇਰਾ ਸਰੀਰ ਹੁਣ ਸਾਥ ਨਹੀਂ ਦਿੰਦਾ ਮੈਂ ਤੈਨੂੰ ਦੱਸਾਂਗਾ ਵੀ ਜੰਗਲ ਚ ਕਿੱਥੇ ਕਿੱਥੇ ਲੱਕੜਾਂ ਵਧੀਆਂ ਨੇ ਕਿੱਥੋਂ ਤੂੰ ਵੱਢ ਕੇ ਲੈ ਕੇ ਆ ਸਕਦਾ ਹੁਣ ਉਹ ਲੱਕੜਹਾਰੇ ਦਾ ਪੁੱਤਰ ਸੀ ਉਹ ਜੰਗਲ ਦਾ ਚੱਪਾ ਚੱਪਾ ਜਾਣਦਾ ਸੀ ਅਗਲੀ ਸਵੇਰ ਹੋਈ ਸੂਰਜ ਚੜਨ ਤੋਂ ਪਹਿਲਾਂ ਹੀ ਲੱਕੜਹਾਰੇ ਨੇ ਉਸ ਨੂੰ ਕੋਲ ਬੁਲਾਇਆ ਅਤੇ ਉਸ ਨੂੰ ਦੱਸਿਆ ਵੀ ਫਲਾਣੀ ਥਾਂ 10 ਰੋਖ ਖੜੇ ਨੇ ਸਤੋ ਪਹਿਲਾ ਜਿਹਦੇ ਟਾਣੀਆਂ ਥੱਲੇ ਲਮਕੀਆਂ ਹੋਈਆਂ ਨੇ ਉਸ ਤੋਂ ਵੱਡਣਾ ਆਰੰਭ ਕਰੀ ਫੇਰਾ ਜੜੀ ਭੱਲੀਏ ਇਸ ਦੇ ਵਿੱਚ ਇਸ ਤਰ੍ਹਾਂ ਲੱਕੜਾ ਬੰਨ ਕੇ ਲੈ ਕੇ ਆਈਂ ਵੀ ਕੁਝ ਲੱਕੜਾ ਤੂੰ ਨਗਰ ਦੇ ਵਿੱਚ ਹੀ ਵੰਡ ਸਕੇ ਭਾਵ ਨਗਰ ਦੇ ਵਿੱਚ ਹੀ ਵੇਚ ਸਕੇ ਤੇ ਫਿਰ ਬਾਕੀ ਲੱਕੜਾ ਅੱਗੇ ਲੈ ਕੇ ਜਾ ਸਕੇ ਕਿੰਦੇ ਸਵੇਰ ਹੋਈ ਤੇ ਮਾਂ ਨੇ ਕੁਝ ਪ੍ਰਸ਼ਾਦੇ ਨਾਲ ਬੰਨ ਦਿੱਤੇ ਕੁਝ ਪਾਣੀ ਦੀ ਵਿਵਸਥਾ ਕਰ ਦਿੱਤੀ ਤੇ ਨਾਲ ਹੀ ਉਹ ਕਹਾੜਾ ਦੇ ਦਿੱਤਾ ਕਹਿੰਦੇ ਤੁਰਦਾ ਤੁਰਦਾ ਉਸ ਥਾਂ ਤੇ ਜਾ ਕੇ ਪਹੁੰਚ ਗਿਆ ਜਿੱਥੇ ਉਹਦੇ ਪਿਤਾ ਜੀ ਨੇ ਨਿਸ਼ਾਨੀ ਦੱਸੀ ਸੀ ਕਹਿੰਦੇ ਜਦੋਂ ਉੱਥੇ ਜਾ ਕੇ ਪਹੁੰਚਿਆ ਤੇ ਕਹਿੰਦੇ ਹੁਣ ਨਾ ਉੱਥੇ ਬੈਠ ਕੇ ਆਪਣੀ ਕਹਾੜੀ ਕੱਢੀ ਤੇ ਉਹਨੇ ਦੇਖਿਆ ਵੀ ਪਹਿਲਾਂ ਇਹ ਰੁੱਖ ਦੀਆਂ ਟਾਹਣੀਆਂ ਥੱਲੇ ਨੇ ਤੇ ਪਿਤਾ ਜੀ ਨੇ ਕਿਹਾ ਸੀ ਵੀ ਉਹਦੀਆਂ ਜੜੀਆਂ ਟਾਹਣੀਆਂ ਨੇ ਉਹੀ ਵੜਨਾ ਆਰੰਭ ਕਰੇ ਕਹਿੰਦੇ ਜਿਵੇਂ ਟਾਹਣੀਆਂ ਵੱਡਣ ਲੱਗਦਾ ਉਹ ਦੇਖਦਾ ਵੀ ਇਹ ਟਾਹਣੀ ਨਾ ਅੱਗੇ ਜਾ ਕੇ ਰੁੱਖ ਦੇ ਨਾਲ ਥੋੜਾ ਥੱਲੇ ਝੁਕੀ ਹੋਈ। ਕਿੰਦੇ ਉਸਦੀ ਨਿਗਾ ਉਧਰ ਨੂੰ ਪਈ। ਕਿੰਦੇ ਜਦੋਂ ਉੱਥੇ ਜਾ ਕੇ ਦੇਖਦਾ ਤਾਂ ਉਹ ਟਾਣੀ ਦੇ ਕੋਲ ਇੱਕ ਵੱਡਾ ਸਾਰਾ ਖੋਲ ਹੁੰਦਾ। ਉਹਦੇ ਵਿੱਚ ਚਿੜੀ ਦੇ ਤਿੰਨ ਬੱਚੇ ਹੁੰਦੇ ਨੇ। ਸੋਚਦਾ ਜੇ ਟਾਣੀ ਵੱਡੀ ਤਾਂ ਇਹਨਾਂ ਦਾ ਜਿਹੜਾ ਖੋਲ ਆ ਉਹ ਵੀ ਖਰਾਬ ਹੋ ਜਾਏਗਾ। ਇਹ ਤਿੰਨੋਂ ਬੱਚੇ ਥੱਲੇ ਡੇਗ ਜਾਣਗੇ। ਥੱਲੇ ਡੇਗੇ ਤਾਂ ਇਹ ਜਿਹੜੇ ਆਕਾਲ ਚਲਾਣੇ ਕਰ ਜਾਣਗੇ। ਮੈਂ ਐਡਾ ਨਿਰਦਈ ਤੇ ਨਹੀਂ ਵੀ ਕਿਸੇ ਦੀ ਜਾਨ ਲੈ ਲਾ ਪਰਮਾਤਮਾ ਨੇ ਸਾਰੇ ਜੀਵਾਂ ਨੂੰ ਜਿਉਣ ਦਾ ਹੱਕ ਦਿੱਤਾ ਤੇ ਮੈਂ ਇਹਦਾ ਹੱਕ ਇਸ ਤੋਂ ਕਿਵੇਂ ਖੋ ਸਕਦਾ ਉਹ ਨਾ ਜੋ ਰੋਟੀ ਟੋਕ ਸੀ ਉਹ ਜੋ ਕੁਝ ਜੜੀ ਸੰ ਉੱਚੀਆਂ ਦੇ ਜਵਾਕਾਂ ਨੂੰ ਰੋਟੀ ਟੋਕ ਪਾ ਕੇ ਤੇ ਅੱਗੇ ਚਲਾ ਗਿਆ ਅੱਗੇ ਰੁਕ ਤੇ ਜਾ ਕੇ ਤੇ ਜਿਵੇਂ ਉਹਦੀ ਟਾਣੀ ਵੱਡਣ ਲੱਗਦਾ ਹੈ ਦੇਖਦਾ ਹੈ ਵੀ ਇਹ ਟਾਣੀ ਜਦੋਂ ਮੈਂ ਵੱਡੀ ਉੱਤੇ ਬੜੇ ਸਾਰੇ ਆਲਣੇ ਪੈ ਨੇ ਤੇ ਇਹ ਸਾਰੇ ਵੀ ਟੁੱਟ ਜਾਣਗੇ ਉੱਥੇ ਵੀ ਰੋਟੀ ਟੋਕ ਪਾ ਕੇ ਤੇ ਅੱਗੇ ਚਲਾ ਜਾਂਦਾ ਉਹਦੇ ਪਿਤਾ ਜੀ ਨੇ 10 ਰੁੱਖ ਦੱਸੇ ਸੀ ਪਰ ਦਸੇ ਰੁੱਖ ਦੇ ਉੱਤੇ ਕਿਸੇ ਨਾ ਕਿਸੇ ਜਾਨਵਰ ਦੇ ਆਂਡੇ ਬੱਚੇ ਜਾਂ ਆਲਣੇ ਪਏ ਹੋਏ ਸਨ ਜੋ ਖਾਣ ਨੂੰ ਕੋਲ ਸੀ ਉਹ ਸਾਰਾ ਕੁਝ ਉਹਨਾਂ ਨੂੰ ਪਾ ਕੇ ਤੇ ਸ਼ਾਮ ਹੋ ਗਈ ਤੇ ਘਰ ਵਾਪਸ ਆ ਗਿਆ ਹੁਣ ਨਾ ਮਾਤਾ ਪਿਤਾ ਬੜੀ ਉਤਸੁਕਤਾ ਨਾਲ ਇੰਤਜ਼ਾਰ ਕਰਦੇ ਪਏ ਸਨ ਵੀ ਅੱਜ ਉਸ ਦਾ ਪਹਿਲਾ ਦਿਨ ਹੈ ਤੇ ਅੱਜ ਉਹ ਕੁਝ ਨਾ ਕੁਝ ਕਮਾ ਕੇ ਲੈ ਕੇ ਆਵੇਗਾ ਪਰ ਕਿੰਨੇ ਜਦੋਂ ਸ਼ਾਮ ਨੂੰ ਉਹਦੇ ਪਿਤਾ ਜੀ ਨੇ ਪੁੱਛਿਆ ਵੀ ਕੀ ਕਮਾ ਕੇ ਲੈ ਕੇ ਆਏ ਤਾਂ ਉਹਨੇ ਸਾਰੀ ਗੱਲ ਦੱਸ ਦਿੱਤੀ ਵੀ ਪਿਤਾ ਜੀ ਪਹਿਲੇ ਰੁੱਖ ਤੇ ਚਿੜੀਆਂ ਦੇ ਬੋਟ ਸਨ ਜੇਕਰ ਉਹ ਟਾਣ ਵੱਢਦਾ ਤੇ ਜਵਾਗ ਥੱਲੇ ਡਿੱਗ ਜਾਣੇ ਸਨ ਉਹਨਾਂ ਅਕਾਲ ਚਲਾਣੇ ਕਰ ਜਾਣਾ ਸੀ ਥੋੜੇ ਜਿਹਾ ਅੱਗੇ ਗਿਆ ਉੱਥੇ ਵੀ ਜਿਹੜੇ ਆਲਣੇ ਬਣੇ ਸਨ ਥੋੜੀ ਅੱਗੇ ਗਿਆ ਤੇ ਚਿੜੀਆਂ ਦੇ ਆਂਡੇ ਪਏ ਸਨ ਥੋੜੀ ਅੱਗੇ ਗਿਆ ਤੇ ਆਲਣੇ ਆਲਣੇ ਸਨ ਜੇਕਰ ਐਵੇਂ ਮੈਂ ਉਹਨਾਂ ਰੁੱਖਾਂ ਨੂੰ ਵੱਢਦਾ ਤੇ ਬੜੇ ਸਾਰੇ ਜੀਵਾਂ ਨੇ ਬੇਕਰ ਆਪਣੇ ਜਵਾਕਾਂ ਤੋਂ ਦੂਰ ਜਾਂ ਆਪਣੇ ਬੱਚਿਆਂ ਤੋਂ ਦੂਰ ਹੋ ਜਾਣਾ ਸੀ ਇਸ ਕਰਕੇ ਮੈਂ ਉਹਨਾਂ ਨੂੰ ਨਹੀਂ ਪੱਟ ਸਕਿਆ ਪਿਤਾ ਜੀ ਇਸ ਪਰਮਾਤਮਾ ਜੀ ਨੇ ਜੋ ਵੀ ਇਸ ਧਰਤੀ ਤੇ ਜਿੰਨੂੰ ਜਨਮ ਦਿੱਤਾ ਸਭ ਨੂੰ ਜਿਉਣ ਦਾ ਹੱਕ ਹੈ ਆਪਾਂ ਕਿਸੇ ਤੋਂ ਉਹਦੇ ਜਿਉਣ ਦਾ ਹੱਕ ਕਿਵੇਂ ਖੋ ਸਕਦੇ ਹਾਂ ਕਹਿੰਦੇ ਜਦੋਂ ਇਹ ਗੱਲ ਕਹੀ ਤੇ ਉਹਦੇ ਪਿਤਾ ਜੀ ਨੇ ਕਿਹਾ ਵੀ ਲੱਕੜ ਹਾਰੇ ਨੂੰ ਸਿਰਫ ਲੱਕੜਾਂ ਨਾਲ ਭਾਵ ਹੁੰਦਾ ਉਹਨੂੰ ਨਹੀਂ ਆਲਣਿਆਂ ਨਾਲ ਤੇ ਕਿਸੇ ਚੀਜ਼ ਨਾਲ ਭਾਵ ਹੁੰਦਾ ਤੂੰ ਤਾਂ ਮੂਰਖ ਹੈ ਉਤਾਕਾਰ ਦੀ ਰੋਜੀ ਰੋਟੀ ਚਲਾ ਹੀ ਨਹੀਂ ਸਕਦਾ ਉਹਨੇ ਬੜਾ ਕੁਝ ਬੋਲਿਆ ਉਹਦੀ ਮਾਂ ਨੇ ਕਿਹਾ ਕੋਈ ਨਾ ਛੋਟਾ ਜਵਾਕ ਐ ਹੌਲੀ ਹੌਲੀ ਸੰਭਲ ਜਾਵੇਗਾ ਕਹਿੰਦੇ 2 ਦਿਨ ਬੀਤ ਗਏ ਤੇ ਉਹਦੇ ਪਿਓ ਨੇ ਹਾਰ ਥੱਕ ਕੇ ਉਹਨੂੰ ਕਿਹਾ ਵੀ ਹੁਣ ਤੂੰ ਜੰਗਲ ਦੀ ਫਲਾਣੀ ਥਾਂ ਜਾਣਾ ਉੱਥੇ ਕੋਈ ਆਲਣਾ ਨਹੀਂ ਤੇ ਜੇ ਆਲਣਾ ਹੋਇਆ ਵੀ ਤਾਂ ਤੂੰ ਰੋਖ ਵੱਢਦੇ ਸਮੇਂ ਉੱਪਰ ਵੱਲ ਨੂੰ ਨਹੀਂ ਦੇਖਣਾ ਥੱਲੇ ਮੂੰਹ ਕਰਕੇ ਰੋਖ ਵੱਢ ਕੇ ਤੇ ਕਰ ਲੈ ਆਵੀ ਹੁਣ ਆਪਣੇ ਮਨ 'ਚ ਦ੍ਰਿੜ ਨਿਸ਼ਚਾ ਕਰਕੇ ਜਾਂਦਾ ਹੈ ਵੀ ਜਿਆਦਾ ਮੈਂ ਇਸ ਕੁਦਰਤੀ ਬਨਾਇ ਖਲਕਤ ਵੱਲ ਧਿਆਨ ਦੇ ਸਕਦਾ ਜਾਂ ਆਪਣੇ ਪਿਤਾ ਜੀ ਨੂੰ ਰਾਜੀ ਕਰ ਸਕਦਾ ਮਾਨਵਿਕ ਹੈ ਬਿਕਾਰ ਦੇ पांडे ਤਾਂ ਹੀ ਪੜਨਗੇ ਜੇ ਕੁਝ ਕਮਾ ਕੇ ਲੈ ਕੇ ਆਵਾਂਗਾ ਹੁਣ ਉਹ ਵਿਚਾਰਾ ਸੋਚਣ ਲੱਗਦਾ ਵੀ ਅੱਜ ਜ਼ਰੂਰ ਕੁਝ ਨਾ ਕੁਝ ਕਮਾ ਕੇ ਘਰ ਲੈ ਕੇ ਜਾਣਾ ਅੱਜ ਮੈਂ ਰੁੱਖ ਦੇ ਉੱਪਰ ਵੱਲ ਨਹੀਂ ਦੇਖਣਾ ਕਹਿੰਦਾ ਜਾਂਦਾ ਮਨ 'ਚ ਇਹੀ ਇਰਾਦਾ ਹੁੰਦਾ ਵੀ ਉੱਪਰ ਨਹੀਂ ਦੇਖਣਾ ਜਿੱਥੇ ਪਿਤਾ ਜੀ ਨੇ ਥਾਂ ਨਿਸ਼ਾਨੀ ਦੱਸੀ ਸੀ ਉੱਥੇ ਪਹੁੰਚ ਗਿਆ ਹੁਣ ਜਾ ਕੇ ਜਿਵੇਂ ਉਹ ਰੁੱਖ ਦੇ ਕੋਲ ਥੱਲੇ ਉਹਨੂੰ ਵੱਢਣ ਲੱਗਦਾ ਹੈ ਨਾ ਉਹਦੀ ਨਿਗਾ ਇੱਕੋ ਦਮ ਉਹ ਰੁੱਖ ਦੇ ਫਲ ਤੇ ਪੈਂਦੀ ਉਹ ਫਲ ਥੱਲੇ ਲੱਗੇ ਹੋਏ ਸੀ ਉਹ ਦੇਖਦਾ ਹੈ ਵੀ ਇਹ ਜਿਹੜੇ ਫਲ ਨੇ ਇਵੇਂ ਬੜੇ ਸਾਰੇ ਬਾਜ਼ਾਰਾਂ 'ਚ ਵੇਖੇ ਨੇ ਲੋਕ ਇਹਨੂੰ ਪਕਾ ਕੇ ਤੇ ਇਸਨੂੰ ਖਾਂਦੇ ਨੇ ਇਸ ਦੇ ਨਾਲ ਕਈ ਤਰ੍ਹਾਂ ਦੇ ਰੋਗ ਦੂਰ ਹੁੰਦੇ ਨੇ ਉਹ ਸੋਚਦਾ ਹੈ ਵੀ ਜਿਸ ਦੇ ਨਾਲ ਫਲ ਦੇ ਨਾਲ ਲੋਕਾਂ ਦੀ ਭੁੱਖ ਮੇਟਦੀ ਹੈ ਰੋਗ ਦੂਰ ਹੁੰਦੇ ਨੇ ਉਸ ਤੇ ਰੁੱਖ ਨੂੰ ਮੈਂ ਕਿਵੇਂ ਵੱਢ ਸਕਦਾ ਇਹ ਲੋਕਾਂ ਨੂੰ ਜੀਵਨ ਦਾਣ ਦਿੰਦਾ ਤੇ ਮੈਂ ਇਸ ਨੂੰ ਵੱਡ ਲਵਾਂ ਉਹ ਐਵੇਂ ਕਰਕੇ ਅੱਗੇ ਜਾਂਦਾ ਪਰ ਹਰ ਜਿਹੜਾ ਵੀ ਬੂਟਾ ਹੁੰਦਾ ਰੋਖ ਹੁੰਦਾ ਉਹਨੂੰ ਫਲ ਲੱਗਾ ਹੁੰਦਾ ਜਿਸ ਕਰਕੇ ਉਹ ਅੱਜ ਸ਼ਾਮ ਤੱਕ ਜਦੋਂ ਘਰ ਵਾਪਸ ਆਉਂਦਾ ਕੁਝ ਨਹੀਂ ਵੱਢ ਕੇ ਲੈ ਕੇ ਆਉਂਦਾ ਉਹਦੇ ਪਿਤਾ ਜੀ ਤੇ ਮਾਂ ਜੀ ਫਿਰ ਇੰਤਜ਼ਾਰ 'ਚ ਹੁੰਦੇ ਨੇ ਵੀ ਅੱਜ ਤੇ ਜ਼ਰੂਰ ਕੁਝ ਲੈ ਕੇ ਆਵੇਗਾ ਸ਼ਾਮ ਹੋਈ ਮਾਤਾ ਪਿਤਾ ਨੇ ਫਿਰ ਪੁੱਛਿਆ ਉਹ ਕਹਿੰਦਾ ਪਿਤਾ ਜੀ ਜਿਹੜੇ ਰੁੱਖਾਂ ਦੇ ਕੋਲ ਤੁਸੀਂ ਭੇਜਿਆ ਸੀ ਨਾ ਉਹ ਜਿੰਨੇ ਰੁੱਖ ਸਨ ਉਹ ਸਾਰੇ ਫਲਦਾਰ ਸਨ ਉਹਨਾਂ ਨੂੰ ਉਹ ਫਲ ਲੱਗਿਆ ਹੋਇਆ ਸੀ ਜਿਨ੍ਹਾਂ ਨੂੰ ਲੋਕ ਪਕਾ ਕੇ ਖਾਂਦੇ ਨੇ ਜਾਂ ਫਿਰ ਉਹਨੂੰ ਦਵਾਈ ਬੂਟੀ ਦੇ ਵਿੱਚ ਵਰਤੋਂ ਕਰਦੇ ਨੇ ਇਸ ਕਰਕੇ ਮੈਂ ਕਿਸੇ ਦੇ ਜੀਵਨ ਦੀ ਜਿਹੜੀ ਬੂਟੀ ਹੈ ਉਹ ਕਿਵੇਂ ਵੱਢ ਸਕਦਾ ਉਹਦੇ ਪਿਤਾ ਜੀ ਨੇ ਕਿਹਾ ਵੀ ਉਹ ਮਹਿੰਗੀ ਬੂਟੀ ਆਪਣੇ ਵਰਗੇ ਤੇ ਖਾ ਵੀ ਨਹੀਂ ਸਕਦੇ ਫਿਰ ਤੋਂ ਲੋਕਾਂ ਦਾ ਇੰਦਾ ਚਹੇਤਾ ਕਿਉਂ ਬਣਿਆ ਉਹਨੇ ਕਿਹਾ ਪਿਤਾ ਜੀ ਜਦੋਂ ਆਪਾਂ ਕਿਸੇ ਬਾਰੇ ਸੋਚਦੇ ਆ ਨਾ ਤਾਂ ਪਰਮਾਤਮਾ ਆਪਣੇ ਬਾਰੇ ਜ਼ਰੂਰ ਸੋਚਦਾ ਉਦੇ ਪਿਤਾ ਜੀ ਨੇ ਕਿਹਾ ਬਿੱਤੂ ਲੋਕਾਂ ਬਾਰੇ ਸੋਚੀ ਜਾਈ ਆਪਣੇ ਘਰ ਬਾਰੇ ਕੁਝ ਨਾ ਸੋਚੀ। ਉਹਦੀ ਮਾਂ ਨੇ ਫਿਰ ਵਿੱਚ ਆ ਕੇ ਰੋਕ ਦਿੱਤਾ ਕਿ ਆਜੀ ਕੋਈ ਨਾ ਜਾਵਾ ਕੇ ਹੌਲੀ ਹੌਲੀ ਸੰਭਲ ਜਾਏਗਾ। ਹੁਣ ਲਗਭਗ 2 ਦਿਨ ਦਾ ਸਮਾਂ ਲੰਘ ਗਿਆ। ਉਹਦੇ ਪਿਤਾ ਜੀ ਨੇ ਉਹਨੂੰ ਇੱਕ ਐਸੀ ਥਾਂ ਤੇ ਭੇਜਿਆ ਕਿnde ਵਿੱਚ ਜਿਹੜੇ ਰੁੱਖ ਨੂੰ ਨਾ ਤਾਂ ਕੋਈ ਆਲਣਾ ਉੱਤੇ ਬਣਾਉਂਦਾ ਸੀ ਤੇ ਨਾ ਹੀ ਉਹ ਜਿਹੜਾ ਰੁੱਖ ਸੀ ਉਹਨੂੰ ਕੋਈ ਫਲ ਲੱਗਦਾ ਸੀ। ਕਿnde ਤੁਰਿਆ ਤੁਰਿਆ ਤੇ ਉਸ ਥਾਂ ਦੇ ਉੱਤੇ ਜਾ ਕੇ ਤੇ ਪਹੁੰਚ ਗਿਆ। ਜਦੋਂ ਉੱਥੇ ਪਹੁੰਚਿਆ ਨਾ ਉਹਦੇ ਪਿਤਾ ਨੇ ਕਿਆ ਵੀ ਨਾ ਉੱਤੇ ਵੇਖੀ ਨਾ ਹੀ ਥੱਲੇ ਵੇਖੀ ਸਿੱਧਾ ਜਾ ਕੇ ਤੇ ਟਾਹਣੀਆਂ ਵੱਢ ਕੇ ਤੇ ਤੂੰ ਬਾਜ਼ਾਰ ਚ ਗੇ ਚਾਇ ਹੁਣ ਜਦੋਂ ਉਹ ਉਸ ਥਾਂ ਤੇ ਜਾਂਦਾ ਹੈ ਦੇਖਦਾ ਵੀ ਆਲਣਾ ਵੀ ਕੋਈ ਨਹੀਂ ਉਸ ਰੁੱਖ ਨੂੰ ਕੋਈ ਫਲ ਵੀ ਨਹੀਂ ਲੱਗਾ ਪਰ ਉਹ ਇੰਨਾ ਜ਼ਿਆਦਾ ਸੰਘਣਾ ਸੀ ਵੀ ਉਥੋਂ ਜੋ ਵੀ ਰਾਹ ਪਾਂਦੀ ਲੰਘਦਾ ਉਹਦੇ ਥੱਲੇ ਬੈਠ ਕੇ ਤੇ ਆਰਾਮ ਕਰਕੇ ਜਾਂਦਾ ਵੀ ਇੰਨੀ ਛਾਂ ਸੰਘਣੀ ਸੀ ਕਹਿੰਦੇ ਹੁਣ ਸੋਚਦਾ ਹੈ ਵੀ ਜਿਹੜਾ ਹਰ ਰਾਹ ਪਾਂਦੀ ਇਥੋਂ ਲੱਗਦਾ ਪਿਆ ਇਹਦੀ ਛਾਂ ਦੇ ਥੱਲੇ ਬੈਠ ਕੇ ਤੇ ਫੇਰ ਹੀ ਅੱਗੇ ਜਾਂਦਾ ਪਿਆ ਇਹ ਇੰਨੀ ਜਿਆਦੀ ਠੰਡੀ ਛਾਂ ਦਿੰਦਾ ਲੋਕਾਂ ਦੇ ਆਰਾਮ ਦਾ ਜਿਹੜਾ ਹੈ ਇਹ ਤਰੀਕਾ ਇੱਥੇ ਬੈਠ ਕੇ ਵੀ ਉਹਨਾਂ ਬੈਠ ਕੇ ਆਰਾਮ ਕਰਦੇ ਨੇ ਇਹਨਾਂ ਨੂੰ ਸੁੱਖ ਦਿੰਦਾ ਤੇ ਮੈਂ ਇਹਨੂੰ ਕਿਵੇਂ ਵਧ ਸਕਦਾ ਸ਼ਾਮ ਹੋਈ ਤੇ ਵਿਚਾਰਾ ਫੇਰ ਘਰ ਖਾਲੀ ਹੱਥ ਚੱਲਾ ਗਿਆ ਜੋ ਮਾਂ ਰੋਟੀ ਟੋਕ ਦਿੰਦੀ ਸੀ ਉਥੇ ਜਿਣਿਆਂ ਜਿੰਨੇ ਕਾਂ ਹੋਣੇ ਉਹਨਾਂ ਨੂੰ ਪਾ ਦਿਆ ਕਰਨ ਕਹਿੰਦੇ ਹੁਣ ਅੱਜ ਜਦੋਂ ਖਾਲੀ ਹੱਥ ਵਾਪਸ ਆਇਆ ਨਾ ਤਾਂ ਉਹਨੇ ਫੇਰ ਉਹ ਗੱਲ ਦੁਹराई ਵੀ ਪਿਤਾ ਜੀ ਭਾਵੇਂ ਉੱਤੇ ਕੋਈ ਕਾਂ ਚਿੜੀ ਆਲਣਾ ਨਹੀਂ ਬਣਾਉਂਦਾ ਪਰ ਉਹ ਭਾਵੇਂ ਕਿਸੇ ਕੋਈ ਫਲ ਨਹੀਂ ਲੱਗਦਾ ਪਰ ਉਹਦੀ ਸੰਘਣੀ ਛਾਂ ਵੇਖ ਕੇ ਹਰ ਆਵਿਆ ਗਿਆ ਉੱਥੇ ਬੈਠ ਕੇ ਤੇ ਆਰਾਮ ਕਰਦਾ ਤੇ ਜੋ ਲੋਕਾਂ ਨੂੰ ਸੁੱਖ ਦਵੇ ਉਹਨੂੰ ਮੈਂ ਕਿਵੇਂ ਵੜ ਸਕਦਾ ਕਿੰਨੇ ਜਦੋਂ ਪਿਤਾ ਜੀ ਨੇ ਇਹ ਗੱਲ ਸੁਣੀ ਤਾਂ ਉਹਨਾਂ ਕਿਹਾ ਵੀ ਫੇਰ ਇਸ ਘਰੋਂ ਨਿਕਲ ਜਾ ਉਹਨਾਂ ਐਨੇ ਸਖਤ ਲਹਿਜੇ ਚ ਉਹਨੂੰ ਘਰੋਂ ਧੱਕੇ ਮਾਰ ਕੇ ਤੇ ਬਾਹਰ ਕੱਢਦਾ ਹੁਣ ਜੋ ਉਹ ਰੋਟੀ ਪਾਣੀ ਲੈ ਕੇ ਜਾਂਦਾ ਸੀ ਉਹ ਤਾਂ ਚਿੜੀਆਂ ਜਨੋਰਾ ਨੂੰ ਪਾ ਦਿਆ ਕਰਦਾ ਸੀ ਸਵੇਰ ਦਾ ਭੁੱਖਣ ਪਾਣਾ ਸੀ ਕਹਿੰਦੇ ਹੁਣ ਤੁਰ ਤੁਰ ਕੇ ਇਹਦਾ ਪੂਰਾ ਹਾਲ ਹੋ ਗਿਆ ਕਹਿੰਦੇ ਤੁਰਦੇ ਤੁਰਦੇ ਇੱਕ ਘਰ ਦੇ ਅੱਗੇ ਜਾ ਕੇ ਤੇ ਡਿੱਗ ਗਿਆ ਉਹ ਘਰਦਿਆਂ ਨੇ ਬਾਹਰ ਦੇਖਿਆ ਉਹਦੇ ਘਰ ਦਾ ਜੋ ਕਾਮਾ ਸੀ ਉਹਨੇ ਆਪਣੇ ਸੇਠ ਨੂੰ ਜਾ ਕੇ ਦੱਸਿਆ ਵੀ ਐਵੇਂ ਕੋਈ ਬੱਚਾ ਹੈ ਤੇ ਉਹ ਆਪਣੇ ਘਰ ਦੇ ਬਾਹਰ ਬੇਹੋਸ਼ ਹੋ ਕੇ ਤੇ ਡਿੱਗਿਆ ਪਿਆ ਕਹਿੰਦੇ ਉਹਨੂੰ ਚੁੱਕ ਕੇ ਤੇ ਅੰਦਰ ਲੈ ਕੇ ਆਇਆ ਗਿਆ ਕਹਿੰਦੇ ਸੇਠ ਨੇ ਉਤੋਂ ਸਾਰੀ ਗੱਲ ਪੁੱਛੀ ਉਨੇ ਤਿੰਨਾ ਦਿਨਾਂ ਦਾ ਵਾਕਿਆ ਦੱਸਿਆ ਵੀ ਪਹਿਲੇ ਦਿਨ ਪਿਤਾ ਜੀ ਨੇ ਕਿਹਾ ਸੀ ਕਿੰਦੇ ਉਦੋਂ ਉਥੇ ਰੁੱਖ ਦੇ ਉੱਤੇ ਆਲਣੇ ਆਲਣੇ ਚਿੜੀਆਂ ਬੋਟ ਆਂਡੇ ਆਂਡੇ ਜਿਨ੍ਹਾਂ ਨੂੰ ਮੈਂ ਥੱਲੇ ਨਹੀਂ ਸੀ ਦੇਖ ਸਕਦਾ ਅਗਲੇ ਦਿਨ ਭੇਜਿਆ ਜਿਸ ਰੁੱਖ ਦੇ ਕੋਲ ਗਿਆ ਉਹਨੂੰ ਫਾਲੇ ਫਲ ਸੀ ਮੈਂ ਫਲਦਾਰ ਰੁੱਖ ਨਹੀਂ ਸੀ ਕੱਟ ਸਕਦਾ ਤੀਜੇ ਦਿਨ ਜਿੱਥੇ ਭੇਜਿਆ ਉਹ ਰੁੱਖ ਛਾਂਦਾਰ ਸੀ ਮੈਂ ਉਹਨੂੰ ਨਹੀਂ ਕੱਟ ਸਕਿਆ ਇਸ ਕਰਕੇ ਮੇਰੇ ਪਿਤਾ ਜੀ ਨੇ ਮੈਨੂੰ ਘਰ ਤੋਂ ਬਾਹਰ ਕੱਢ ਦਿਆ ਉਹਨੇ ਜਦੋਂ ਇਹ ਗੱਲ ਸੁਣੀ ਕੁਝ ਦਿਨ ਲੰਘੇ ਉਹ ਉੱਥੇ ਰਹਿਣ ਲੱਗ ਗਿਆ ਮਹੀਨੇ ਲੰਘੇ 6 ਮਹੀਨੇ ਹੋਏ ਕਹਿੰਦੇ ਇੱਕ ਦਿਨ ਨਾ ਹੁਣ ਉਹ ਲੱਕੜਹਾਰਾ ਤੇ ਉਹਦੀ ਜਿਹੜੀ ਪਤਨੀ ਸੀ ਉਹ ਆਪਣੇ ਪੁੱਤਰ ਦੇ ਵਿਯੋਗ ਚ ਹਰ ਸਮੇਂ ਰੋਇਆ ਕਰਦੇ ਕਹਿੰਦੇ ਇੱਕ ਦਿਨ ਇੱਕ ਸ਼ਾਹੀ ਕਹਿੰਦੇ ਬੜਾ ਵੱਡਾ ਰਤ ਉਹ ਲੱਕੜਹਾਰੇ ਦੇ ਘਰ ਦੇ ਅੱਗੇ ਜਾ ਕੇ ਤੇ ਖੜਾ ਹੋ ਗਿਆ ਕਹਿੰਦੇ ਉਹਨਾਂ ਨੇ ਕਿਹਾ ਵੀ ਫਲਾਣੇ ਸੇਠ ਨੇ ਤੁਹਾਨੂੰ ਬੁਲਾਇਆ ਉਹਨੇ ਕਿਹਾ ਵੀ ਅਸੀਂ ਤਾਂ ਕਿਸੇ ਸੇਠ ਨੂੰ ਨਹੀਂ ਜਾਣਦੇ ਉਹ ਕਹਿੰਦੇ ਉਹ ਸੇਠ ਬੜਾ ਜ਼ਿਆਦਾ ਧਰਮੀ ਹੈ ਹਰ ਇੱਕ ਦੇ ਦਿਲ ਦੀ ਪੁਕਾਰ ਸੁਣਦਾ ਹੈ ਹਰ ਇੱਕ ਤੇ ਦੁੱਖਦਰਦ ਸੁਣ ਲੈ ਉਹਨੇ ਤੁਹਾਨੂੰ ਵੀ ਬੁਲਾਇਆ ਉਹ ਲੱਕੜਾਂ ਨੇ ਨੂੰ ਲੱਗਾ ਵੀ ਸ਼ਾਇਦ ਸਾਡੋ ਕੋਈ ਗਰੀਬੀ ਕਰਕੇ ਸਾਨੂੰ ਆਪਣੇ ਕੋਲ ਬੁਲਾਇਆ ਜਦੋਂ ਉੱਥੇ ਲੈ ਕੇ ਗਏ ਤਾਂ ਜਦੋਂ ਉਹਦੇ ਘਰ ਦੇ ਵਿੱਚ ਦਾਖਲ ਹੋਏ ਸਾਹਮਣੇ ਬਾਗ ਨੂੰ ਦੇਖ ਕੇ ਇੰਨੇ ਖੁਸ਼ ਹੋਏ ਵੀ ਉਹ ਇੰਨਾ ਹਰਿਆ ਭਰਿਆ ਤੇ ਹਰ ਪਾਸੇ ਵੀ ਹਰੀਆਲੀ ਤੇ ਫੁੱਲ ਤੇ ਖੁਸ਼ਬੂ ਨਾਲ ਜਿਵੇਂ ਦੁੱਖ ਦੂਰ ਹੁੰਦੇ ਹੋਣ ਕਹਿੰਦੇ ਇੰਨੇ ਨੂੰ ਉਹਨੇ ਕਿਸੇ ਨੇ ਆਵਾਜ਼ ਲਗਾਈ ਪਿਤਾ ਜੀ ਉਹ ਲੱਕੜਹਾਰੇ ਦਾ ਪੁੱਤ ਸੀ ਉਹ ਦੇਖ ਕੇ ਹੈਰਾਨ ਹੋ ਕੇ ਵੀ ਸਾਡਾ ਪੁੱਤ ਉਹ ਵੀ ਇੱਥੇ ਇੰਨੇ ਨੂੰ ਸੇਠ ਆ ਗਿਆ ਉਹ ਸੇਠ ਨੇ ਕਿਹਾ ਵੀ ਦੇਖ ਵੀ ਜਦੋਂ ਤੂੰ ਇਹ ਸਾਡੇ ਘਰ ਦੇ ਅੱਗੇ ਆ ਕੇ ਬੇਹੋਸ਼ ਹੋ ਗਿਆ ਇਹਨੇ ਮੈਨੂੰ ਆਪਣੀ ਸਾਰੀ ਗੱਲ ਦੱਸੀ ਕਹਿੰਦੇ ਮੈਂ ਬੜਾ ਮਤਾਸਰ ਹੋਇਆ ਮੈਨੂੰ ਚਿਣੀਆਂ ਕਾਵਾਂ ਤੇ ਰੁੱਖਾਂ ਨਾਲ ਇੰਨਾ ਪਿਆਰ ਹੈ ਕਹਿੰਦੇ ਮੈਨੂੰ ਆਪਣੇ ਬਾਗ ਲਈ ਇੱਕ ਮਾਲੀ ਚਾਹੀਦਾ ਸੀ ਕਹਿੰਦੇ ਮੈਂ ਇਸ ਨੂੰ ਆਪਣੇ ਬਾਗ 'ਚ ਮਾਲੀ ਰੱਖਿਆ ਕਹਿੰਦੇ ਇੱਥੇ ਵੱਖ-ਵੱਖ ਚਿੜੀ ਪਰਿੰਦੇ ਆਉਂਦੇ ਇਹ ਉਹਨਾਂ ਨੂੰ ਫੁੱਲ ਜਿਹੜੇ ਸਨ ਵੀ ਦਾਣਾ ਚੋਗਾ ਪਾ ਦਿਆ ਕਰਦਾ ਜੋ ਮੈਂ ਇਹਨੂੰ ਖਾਣ ਲਈ ਦਿਆ ਕਰਦਾ ਉਹਦੇ ਚ ਵੀ ਉਹਨਾਂ ਨੂੰ ਪਾ ਦਿਆ ਕਰਦਾ ਪਤਾ ਨਹੀਂ ਇਹਦੇ صدਕਾ ਕੀ ਬਰਕਤ ਹੋਈ ਵੀ ਮੇਰੇ ਹਰੇਕ ਕੰਮ ਵਿੱਚ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਹੋਣ ਲੱਗੀ ਕਹਿੰਦੇ ਇਹਨੇ ਕਿਹਾ ਵੀ ਜਦੋਂ ਹੁਣ ਮੇਰੀ ਇੰਨੀ ਤਨਖਾਹ ਹੋ ਗਈ ਤਾਂ ਮੈਂ ਆਪਣੇ ਮਾਤਾ ਪਿਤਾ ਨੂੰ ਆਪਣੇ ਕੋਲ ਬੁਲਾਉਣਾ ਚਾਹੁੰਦਾ ਉਹਨੇ ਕਿਹਾ ਵੀ ਹਰ ਇੱਕ ਬੰਦੇ ਦੇ ਵਿੱਚ ਕੋਈ ਨਾ ਕੋਈ ਗੁਣ ਹੁੰਦਾ ਤੇ ਇਹਦੇ ਵਿੱਚ ਗੁਣ ਦੂਜਿਆਂ ਦਾ ਭਲਾ ਕਰੰਦਾ ਉਹ ਬੇਜਵਾਨਾਂ ਦੀ ਮਦਦ ਕਰਦਾ ਸੀ ਨਾ ਤੇ ਉਹਨਾਂ ਦੀ ਅਸੀਸ ਨੇ ਤੁਹਾਨੂੰ ਪਹਿਲਾਂ ਦੋ ਸਮੇਂ ਦੀ ਰੋਟੀ ਨਹੀਂ ਸੀ ਜੁੜਦੀ ਤੇ ਅੱਜ ਇਹਨੇ ਆਪਣਾ ਘਰ ਆਪਣਾ ਵਾਰ ਤੇ ਆਪਣਾ ਐਨੇ ਜੋਗਾ ਹੋ ਗਿਆ ਕਿ ਇਹ ਅੱਜ ਚਾਰ ਬੰਦਿਆਂ ਦੇ ਵਿੱਚ ਇੱਜ਼ਤਦਾਰ ਬਣ ਕੇ ਖੜਾ ਹੈ ਉਹਦੇ ਪਿਤਾ ਜੀ ਨੇ ਉਸ ਤੋਂ ਮਾਫੀ ਮੰਗੀ ਤੇ ਉਸ ਤੋਂ ਬਾਅਦ ਉਹਦੇ ਨਾਲ ਹਸੀ ਖੁਸ਼ੀ ਰਹਿਣ ਲੱਗੇ ਪਰ ਉਹਨੇ ਹਜੇ ਵੀ ਉਹ ਚਿਣੀਆਂ ਪਰਿੰਦਿਆਂ ਦਾ ਕਰਨਾ ਨਾ ਛੱਡਿਆ ਉਹ ਬੇਜਮਾਨ ਜ਼ਰੂਰ ਨੇ ਪਰ ਉਹਨਾਂ ਦੀ ਅਸੀਸ ਜ਼ਿੰਦਗੀ ਬਦਲ ਦੇਂਦੀ ਇਸ ਲਈ ਸਿਆਣੇ ਕਿਹਾ ਕਰਦੇ ਸੀ ਵੀ ਕੁਦਰਤ ਦੇ ਜੋ ਵੀ ਖਲਕਤ ਤੇ ਨਿੱਕੇ ਨਿੱਕੇ ਜੀ ਬਣਾਏ ਨੇ ਨਾ ਉਹ ਸਭ ਦਾ ਆਦਰ ਸਤਕਾਰ ਕਰੋ ਸਭ ਦਾ ਢਿੱਡ ਭਰੋ ਜੇ ਪ੍ਰਮਾਤਮਾ ਨੇ ਭਰਨ ਵਾਲਿਆਂ ਚ ਰੱਖਿਆ ਉਹ ਤੁਹਾਡੇ ਮਨ ਦੀ ਮੌਰਾਦ ਜ਼ਰੂਰ ਪੂਰੀ ਕਰਨਗੇ ਫਿਰ ਸੰਗਤ ਜੀ ਇਸ ਤੋਂ ਆਪਾਂ ਨੂੰ ਕੀ ਸਿੱਖਣ ਨੂੰ ਮਿਲਿਆ ਇੱਕ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਆ ਜੇ ਸੰਗਤ ਜੀ ਜਿਸਤਾ ਪਲਾ ਚਾਹੁੰਦੇ ਹੋ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ